ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਸਰਬਜੀਤ, ਪਿੰਡ ਮੇਰੇ ਫਤਿਹਗੜ੍ਹ ਟਾਣਾ। ਹਾਂਜੀ, ਮੈਨੂੰ ਮੇਰੇ ਪੱਤਰਾਂ ਦਾ ਪ੍ਰੇਸ਼ਨ ਹੋਇਆ, ਬਹੁਤ ਵਧੀਆ ਹੋਇਆ ਅਤੇ ਮੈਨੂੰ ਖੁਸ਼ੀ ਬਹੁਤ ਜ਼ਿਆਦਾ। ਅਤੇ ਹੁਣ ਮੈਂ ਠੀਕ ਠਾਕ ਹਾਂ ਜੀ। ਮੇਰੇ ਹਸਬੈਂਡ ਦੱਸਣਗੇ ਸਾਰੀ ਗੱਲ। ਸਤਿ ਸ਼੍ਰੀ ਅਕਾਲ ਜੀ, ਮੈਂ ਦਰਸ਼ਨ ਸਿੰਘ, ਫਤਿਹਗੜ੍ਹ ਕੋਰੋਟਾਣਾ ਪਿੰਡ ਹੈ। ਇਹ ਵਾਈਫ ਹੈ ਮੇਰੀ ਸਰਬਜੀਤ ਕੌਰ। ਇਹਨਾਂ ਦੇ ਪੱਥਰੀ ਦੀ ਪ੍ਰੋਬਲਮ ਸੀਗੀ, ਪਿੱਤੇ ਦੀ ਪੱਥਰੀ ਦੀ, ਅਤੇ ਇੱਕ ਦੋ ਜਗ੍ਹਾ ਅਸੀਂ ਹੋਰ ਵੀ ਦਿਖਾਇਆ ਪਰ ਉਨਾ ਸਾਨੂੰ ਵਧੀਆ ਨਹੀਂ ਲੱਗਾ ਜਿੰਨਾ ਕਿ ਅਮਿਤ ਸੂਪ ਸਾਹਿਬ ਦੇ ਨਾਲ ਇੱਥੇ ਆ ਕੇ ਮਿਲ ਕੇ ਖੁਸ਼ੀ ਹੋਈ। ਅਤੇ ਇਹਨਾਂ ਨੇ ਸਾਡਾ ਬਹੁਤ ਹੌਸਲਾ ਵਧਾਇਆ ਕਿ ਬਿਲਕੁਲ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਕੋਈ ਢੂਈ ਦੇ ਵਿੱਚ ਟੀਕਾ ਨਹੀਂ ਲਾਉਣਾ, ਰੀੜ੍ਹ ਦੀ ਹੱਡੀ ਦੇ ਵਿੱਚ ਟੀਕਾ ਨਹੀਂ ਗਾ, ਨਾੜੀ ਦੇ ਵਿੱਚ ਟੀਕਾ ਲਾ ਕੇ ਅਤੇ ਓਪਰੇਸ਼ਨ ਕੀਤਾ ਇਹਨਾਂ ਨੇ। ਕੱਲ੍ਹ ਓਪਰੇਸ਼ਨ ਕੀਤਾ ਅਤੇ ਕੱਲ੍ਹ ਸ਼ਾਮ ਨੂੰ ਇਹਨਾਂ ਨੂੰ ਤੁਰਨ ਫਿਰਨ ਦੇ ਵੀ ਬਾਥਰੂਮ ਵਗੈਰਾ ਇਹ ਜਾ ਆਉਂਦੇ ਸੀਗੇ। ਅਤੇ ਬਹੁਤ ਹੀ ਵਧੀਆ ਡਾਕਟਰ ਸਾਹਿਬ ਹੈਗੇ ਆ, ਬਹੁਤ ਇਹਨਾਂ ਦੀ ਪੜ੍ਹਾਈ ਹੈ, ਸਾਰਾ ਕੁਛ ਅਸੀਂ ਦੇਖ ਕੇ ਫਿਰ ਹੀ ਡਿਸੀਜਨ ਲਿਆ ਸੀਗਾ ਫਾਈਨਲ ਕਿ ਇੱਥੋਂ ਹੀ ਕਰਵਾਉਣਾ। ਬਿਲਕੁਲ ਪਤਾ ਨਹੀਂ ਲੱਗਾ, ਕੋਈ ਪਾੜ ਝੀੜ ਨਹੀਂ, ਕੁਛ ਨਹੀਂ, ਦੂਰਬੀਨ ਦੇ ਨਾਲ ਓਪਰੇਸ਼ਨ ਕੀਤਾ। ਬਿਲਕੁਲ ਇਹਨਾਂ ਨੂੰ ਕੋਈ ਤਕਲੀਫ ਨਹੀਂ ਗੀ, ਖਾਣ ਪੀਣ ਨੂੰ ਵੀ ਹੁਣ ਦੇ ਰਹੇ ਆ। ਅਤੇ ਕੱਲ੍ਹ ਦੇ ਅਸੀਂ ਆਏ ਹਾਂ, ਕੱਲ੍ਹ ਓਪਰੇਸ਼ਨ ਕੀਤਾ, ਅੱਜ ਸਾਨੂੰ ਛੁੱਟੀ ਮਿਲ ਜਾਣੀ ਹੈ। ਅਤੇ ਉਹ ਕਹਿੰਦੇ ਠੀਕ ਹੈ, ਤੁਸੀਂ ਸ਼ਾਮ ਤੱਕ ਜਾ ਸਕਦੇ ਹਾਂ, ਕੋਈ ਤਕਲੀਫ ਨਹੀਂ ਆਈ। ਬਾਕੀ ਹਸਪਤਾਲ ਦਾ ਜਿਹੜਾ ਇਹਨਾਂ ਦਾ ਸਾਰਾ ਕੁਛ ਵੇਖਿਆ, ਮੈਂ ਤਾਂ ਬਾਹਰਲੀਆਂ ਕੰਟਰੀਆਂ 'ਚ ਵੀ ਬਹੁਤ ਜਾ ਜੂ ਕੇ ਆਇਆ, ਦੇਖ ਕੇ ਆਇਆ, ਲੇਕਿਨ ਇਸ ਤਰ੍ਹਾਂ ਦੀ ਸਫਾਈ, ਇਸ ਤਰ੍ਹਾਂ ਦਾ ਹਸਪਤਾਲ ਜਿਵੇਂ ਮੈਂ ਬਾਹਰਲੇ ਮੁਲਕਾਂ 'ਚ ਦੇਖਦਾ ਹੁੰਦਾ ਸੀ, ਉਸੇ ਤਰ੍ਹਾਂ ਦਾ ਇਹ ਹਸਪਤਾਲ ਮੈਨੂੰ ਤਾਂ ਲੱਗਾ। ਬਹੁਤ ਹੀ ਵਧੀਆ ਚੀਜ਼ ਹੈ ਅਤੇ ਬਹੁਤ ਸਫਾਈ ਹੈ, ਨਰਸਾਂ ਦਾ ਜਿਹੜਾ ਕੰਮ ਹੈ ਬਹੁਤ ਜਾ ਕੇ ਪ੍ਰੇਮ ਨਾਲ, ਬਹੁਤ ਆ ਕੇ ਉਤਸ਼ਾਹ ਦੇ ਨਾਲ ਹੌਸਲਾ ਵਧਾਉਂਦੀਆਂ, ਚੰਗੀ ਤਰ੍ਹਾਂ ਬਹੁਤ ਮਿਲਣਸਾਰ ਹੈ। ਹਰੇਕ ਸਟਾਫ ਦਾ, ਪੂਰੇ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਬਹੁਤ ਹੀ ਇਹ ਅਮਿਤ ਸੂਦ ਸਾਹਿਬ ਡਾਕਟਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇਹ ਮਤਲਬ ਕਿ ਓਪਰੇਸ਼ਨ ਕੀਤਾ। ਅਤੇ ਇੱਕ ਬਹੁਤ ਹੀ ਵਧੀਆ ਹੈਗਾ ਕਿ ਅਸੀਂ ਤਾਂ ਇਹੀ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਬੰਦਾ ਕੋਈ ਕਿਸੇ ਤਰ੍ਹਾਂ ਦੀ, ਕਿਸੇ ਨੂੰ ਕੋਈ ਤਕਲੀਫ ਆਉਂਦੀ ਹੈ ਇਸ ਤਰ੍ਹਾਂ ਦੀ, ਉਹ ਸਿਰਫ ਇਹਨਾਂ ਕੋਲ ਆ ਕੇ ਇਹਨਾਂ ਦੀ ਪੜ੍ਹਾਈ ਦੇਖੋ। ਜਿਹੜੇ ਆਮ ਕਿਸੇ ਨੂੰ ਨਹੀਂ ਵੀ ਪਤਾ, ਹਰੇਕ ਬੰਦਾ ਸੋਚਦਾ, ਅਸੀਂ ਵੀ ਇਹ ਸੋਚਦੇ ਸੀਗੇ ਵੀ ਮੋਗੇ ਦੇ ਵਿੱਚ ਅਸੀਂ ਕਿੱਥੇ ਜਾਈਏ, ਅਤੇ ਕਿਉਂਕਿ ਸਾਨੂੰ ਮੋਗਾ ਸ਼ਹਿਰ ਨੇੜੇ ਆ ਅਤੇ ਇਸ ਦੇ ਆਪਾਂ ਹਰੇਕ ਬੰਦਾ ਸੋਚਦਾ ਵੀ ਚੰਗੇ ਡਾਕਟਰ ਕੋਲ ਜਾਇਆ ਜਾਵੇ। ਪਰ ਇਹਨਾਂ ਦਾ ਜਿਹੜਾ ਮਤਲਬ ਕਿ ਹੈਗੀ ਆ ਪੜ੍ਹਾਈ ਹੈ ਜਾਂ ਇਹਨਾਂ ਦੀ ਲਿਆਕਤ ਹੈ, ਉਹ ਵੱਡੇ ਚੰਡੀਗੜ੍ਹ ਵਗੈਰਾ ਅਤੇ ਹੋਰ ਵੱਡੇ ਸ਼ਹਿਰਾਂ ਦੇ ਮੁਕਾਬਲੇ ਦੇ ਵਿੱਚ ਇੱਕੋ ਇੱਕ ਡਾਕਟਰ ਅਮਿਤ ਸੂਦ ਹੈਗੇ ਜਿਹੜੇ ਮੋਗੇ ਦੇ ਵਿੱਚ ਹੈ। ਇਹ ਆਪਾਂ ਨੂੰ ਇਲਾਕੇ ਨੂੰ ਬਹੁਤ ਖੁਸ਼ੀ ਹੈ, ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਜਿਹੜਾ ਆਪਣਾ ਇੱਥੇ ਇਹ ਨੇੜੇ, ਉਹੀ ਆਪਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪੈਂਦਾ ਜਾਂ ਲੁਧਿਆਣੇ ਨਹੀਂ ਜਾਣਾ ਪੈਂਦਾ, ਅਤੇ ਇਹੀ ਕੰਮ ਹੋ ਜਾਂਦਾ। ਬਾਕੀ ਇਹ ਪੇਟ ਦੀ ਸਰਜਰੀ ਵੀ ਕਰਦੇ ਆ, ਜਿਹੜੇ ਕਿ ਬਹੁਤ ਵੱਡੇ ਮੋਟੇ ਆਦਮੀ ਹੈਗੇ ਆ, ਜ਼ਿਆਦਾ ਵੱਡੇ ਆਦਮੀ ਹੈਗੇ ਆ, ਭਾਰੇ ਆ, ਉਹਨਾਂ ਦੇ ਪੇਟ ਨੂੰ ਘਟਾਉਣ ਵਾਸਤੇ, ਹੌਲਾ ਕਰਨ ਵਾਸਤੇ, ਵਜ਼ਨ ਘਟਾਉਣ ਵਾਸਤੇ ਜਿਹੜਾ ਇਹਨਾਂ ਦੀ ਸਰਜਰੀ ਬਹੁਤ ਮਸ਼ਹੂਰ ਹੈ। ਅਤੇ ਬਹੁਤ ਹੀ ਵਧੀਆ ਬੰਦੇ ਆ, ਨਿੱਘੇ ਸੁਭਾਅ ਦੇ ਆ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।